ਜਿਵੇਂ ਤੁਸੀਂ ਸਾਰੇ ਜਾਣਦੇ ਹੋ ਆਪਣੇ ਤੇ ਮਾੜਾ ਸਮਾਂ ਚੱਲ ਰਿਹਾ ਲਗਭਗ 4 ਮਹੀਨੇ ਹੋ ਚੁੱਕੇ ਹੈ ਔਰ ਪਿਛਲੇ ਜਿਹੜੀ ਆਪਾਂ ਕੈਂਡਲ ਮਾਰਚ ਵੀ ਕੱਢਿਆ ਸੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਦੀ ਤਰਫੋਂ ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਕਰਦਾ ਕਿ ਤੁਸੀਂ ਇੰਨਾ ਜ਼ਿਆਦਾ ਸਾਥ ਦਿੱਤਾ ਤੁਹਾਡਾ ਸੁਨੇਹਾ ਸਰਕਾਰ ਤੱਕ ਬਹੁਤ ਵਧੀਆ ਤਰੀਕੇ ਨਾਲ ਗਿਆ ਪਰ ਤੁਹਾਡੇ ਲੋਕਾਂ ਦੇ ਵਿੱਚ ਜਿੰਨਾ ਜੋਸ਼ ਸੀ ਜਦੋਂ ਮੈਂ ਅਦਾਲਤ ਬੰਡੀ 'ਚ ਬੋਲਿਆ ਮੈਨੂੰ ਐਂ ਲੱਗਦਾ ਸੀ ਵੀ ਜਿਵੇਂ ਕਿਹੜਾ ਕੋਈ ਸ਼ੈੱਡ ਭਰ ਫੜ ਜਾਵਾਂ ਇੰਨੀ ਜੋਸ਼ ਨਾਲ ਤੁਹਾਡੀ ਆਵਾਜ਼ ਗਈ ਉੱਪਰੋਂ ਤਾਂ ਇਹ ਦਰਸਾਉਂਦਾ ਸੀ ਦਿਨ ਤਾਂ ਭਾਵੇਂ ਰੋਜ਼ ਵੱਧਦੇ ਜਾਣੇ ਆ ਪਰ ਜਿਹੜਾ ਜੋਸ਼ ਹੈ ਜਿਹੜਾ ਗੁੱਸਾ ਹੈ ਉਹ ਜਿਉਂ ਦਾ ਤਿਉਂ ਬਰਕਰਾਰ ਹੈ ਔਰ ਇਹ ਗਰਮੀ ਆਪਾਂ ਕਾਇਮ ਵੀ ਰੱਖਣੀ ਹੈ ਕਿਉਂਕਿ ਲੜਾਈ ਆਪਣੀ ਕਾਫੀ ਲੰਬੀ ਜਾਊਗੀ ਜਿਹੜੇ ਢੰਗ ਨਾਲ ਕੇਸ ਦਾ ਫੈਲਾਅ ਹੋਇਆ ਜਿਹੜੇ ਢੰਗ ਨਾਲ ਇਹਦੇ ਵਿੱਚ ਇਨਵੋਲਵਮੈਂਟ ਹੈ ਜਿਹੜੀ ਉਹ ਬਹੁਤ ਦੂਰੋਂ ਦੂਰੋਂ ਬਾਹਰਲੇ ਸੂਬਿਆਂ ਦੀ ਬਾਹਰਲੀਆਂ ਸਟੇਟਾਂ ਦੀ ਬਾਹਰਲੇ ਮੁਲਕਾਂ ਦੇ ਨਾਲ ਜੁੜੇ ਹੋਏ ਲੋਕਾਂ ਦੀ ਹੈ ਸਮਾਂ ਲੱਗਣਾ ਟਾਈਮ ਲੱਗਣਾ ਸੁਭਾਵਿਕ ਹੈ ਆਪਾਂ ਵੀ ਪੰਜਾਬ 'ਚ ਰਹਿੰਦੇ ਹੋਏ ਇਸ ਗੱਲ ਦਾ ਮੰਗਣਾ ਕਰਦੇ ਰਹਾਂਗੇ ਔਰ ਜਸਟਿਸ ਲੈ ਕੇ ਛੱਡਾਂਗੇ ਸਾਡਾ ਰਾਈਟ ਵੀ ਹੈ ਬਾਕੀ ਵੀਰ ਜਸਟਿਸ ਨਾ ਮਿਲਣ ਵਾਲੀ ਗੱਲ ਤਾਂ ਤੁਸੀਂ ਦਿਮਾਗ 'ਚੋਂ ਗੱਲ ਕੱਢ ਦਿਓ ਕਿਉਂਕਿ ਜਿਹੜਾ ਕਤਲ ਹੋਇਆ ਇੱਕ ਸਾਧ ਬੰਦੇ ਦਾ ਹੋਇਆ ਕਿਉਂਕਿ ਜ਼ੁਲਮ ਦੀ ਵੀ ਕੋਈ ਸੀਮਾ ਹੁੰਦੀ ਹੈ ਕਿੱਥੋਂ ਤੱਕ ਹੋ ਸਕਦਾ ਕਿੱਥੋਂ ਤੱਕ ਨਹੀਂ ਹੋ ਸਕਦਾ ਪਰ ਇਸ ਵਾਰ ਇਹਨਾਂ ਨੇ ਸਾਰੀਆਂ ਹੱਦਾਂ ਹੀ ਤੋੜਤੀਆਂ ਇਹਨਾਂ ਨੇ ਇੱਕ ਇਹੋ ਜਿਹੇ ਭਲੇ ਮਾਨਸ ਬੰਦੇ ਨੂੰ ਮਾਰਤਾ ਜਿਹਨੂੰ ਕੋਈ ਖੌਫ ਹੀ ਨਹੀਂ ਸੀ ਜੇ 1% ਵੀ ਉਹਦੇ ਦਿਮਾਗ ਦੇ ਵਿੱਚ ਦੁਸ਼ਮਣੀ ਵਰਗਾ ਕੋਈ ਵਿਚਾਰ ਚੱਲਦਾ ਹੁੰਦਾ ਤਾਂ ਵੀਰ ਉਹ ਘਰੋਂ ਬਾਥਰੂਮ ਚੱਪਲਾਂ ਪਾ ਕੇ 100 ਰੁਪਏ ਦੀਆਂ ਸ਼ਹਿਰ ਨਹੀਂ ਜਾਂਦਾ ਸੀ ਉਹਨੂੰ ਲੱਗਦਾ ਸੀ ਮੇਰਾ ਇਸ ਦੁਨੀਆਂ 'ਤੇ ਕੋਈ ਦੁਸ਼ਮਣ ਨਹੀਂ ਹੈ ਉਹਨੇ ਤਾਂ ਵੀਰੋ ਅੱਜ ਤੋਂ ਬਾਅਦ ਦਾ ਜਿਹੜਾ ਜੀਵਨ ਸੀ ਉਹਦਾ 28 ਸਾਲ ਜ਼ਿੰਦਗੀ ਉਹਨੇ ਆਪਣੇ ਪਰਿਵਾਰ ਲਈ ਮਾਪਿਆਂ ਲਈ ਜੋਈ ਸੀ ਪਰ ਜਿਵੇਂ ਉਹਨੇ ਮੇਰੇ ਨਾਲ ਗੱਲਾਂ ਕੀਤੀਆਂ ਮੈਨੂੰ ਆਪਣੇ ਮਨਸੂਬੇ ਦੱਸਦਾ ਸੀ ਉਹਦੀ ਮਨਸ਼ਾ ਤਾਂ ਇਹੀ ਸੀ ਕਿ ਇਸ ਤੋਂ ਬਾਅਦ ਮੈਂ ਹਲਕੇ ਦਾ ਪੁੱਤ ਬਣ ਕੇ ਦਿਖਾਵਾਂ ਮੈਂ ਇਲਾਕੇ ਦਾ ਪੁੱਤ ਬਣ ਕੇ ਦਿਖਾਵਾਂ ਸ਼ੁਰੂ ਤੋਂ ਹੀ ਆਪਣੇ ਆਪ ਨੂੰ ਟਿੱਬਿਆਂ ਦਾ ਪੁੱਤ ਦੱਸਣ ਵਾਲਾ ਪਿੰਡ ਮੇਰਾ ਮੁਸਤਾ ਮਾਨਸਾ ਦਾ ਏਰੀਆ ਟਿੱਬਿਆਂ ਦੇ ਵਿੱਚ ਪਿੰਡ ਕੋਲੇ ਮਾਲੀ ਜੱਟ ਦੀ ਹਿੰਡ ਕੋਲੇ ਉਹਨੇ ਹਰ ਇੱਕ ਦੇ ਸ਼ਬਦ ਦੇ ਨਾਲ ਆਪਦੇ ਇਲਾਕੇ ਨੂੰ ਸਜਦਾ ਕੀਤਾ ਆਪਣੇ ਪਛੜੇ ਹੋਏ ਇਲਾਕੇ ਦਾ ਦਾਗ ਧੋਣ ਲਈ ਉਹਨੇ ਕੁਛ ਪਰਨ ਕੀਤੇ ਕਾਸ਼ ਉਹਨੂੰ 2-4 ਸਾਲ ਦਾ ਸਮਾਂ ਮਿਲ ਜਾਂਦਾ ਤਾਂ ਵੀਰੋ ਮਾਨਸਾ ਜ਼ਿਲ੍ਹੇ ਦੀ ਤਸਵੀਰ ਹੀ ਕੁਛ ਹੋਰ ਹੋਣੀ ਸੀ ਸ਼ਾਇਦ ਉਹਨੂੰ ਦਿਖਾਈ ਦਿੰਦਾ ਸੀ ਵੀ ਮੇਰੇ ਕੋਲ ਸਮਾਂ ਥੋੜ੍ਹਾ ਹੈ ਉਹਨੇ ਫਟਾਫਟ ਗਾਇਕੀ ਵੀ ਕੀਤੀ ਬੁਲੰਦੀਆਂ ਨੂੰ ਕੁਛ ਹੋਇਆ ਪੋਲੀਟੀਕਲ 'ਚ ਵੀ ਹੱਥ ਪੈਰ ਮਾਰੇ ਮੈਂ ਇੱਧਰੋਂ ਵੀ ਕਰ ਲਿਆ ਇੱਧਰੋਂ ਮਤਲਬ ਉਹਨੇ ਕੋਸ਼ਿਸ਼ਾਂ ਬਹੁਤ ਕਰੀਆਂ ਵੀ ਮੇਰੇ ਕੋਲ ਸਮਾਂ ਥੋੜ੍ਹਾ ਕੰਮ ਜ਼ਿਆਦਾ ਪਰ ਇੰਨਾ ਥੋੜ੍ਹਾ ਸਮਾਂ ਇੰਨਾ ਸ਼ਾਇਦ ਅਸੀਂ ਕਦੇ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਾਇਆ ਸੀ ਇਲੈਕਸ਼ਨ ਲੜਨਾ ਵੀ ਉਹਦਾ ਇੱਕੋ ਇੱਕ ਮਨਸਬ ਸੀ ਵੀ ਜਿੱਥੇ ਮੇਰੇ ਕੋਲ ਇਕਾਨਮੀ ਮਜ਼ਬੂਤ ਹੈ ਮੈਂ ਪੈਸਾ ਕਮਾ ਸਕਦਾ ਤਾਂ ਮੈਨੂੰ ਪੋਲੀਟੀਕਲ ਪਾਵਰ ਦੇ ਵਿੱਚ ਹੋਊਗਾ ਤਾਂ ਇੱਧਰੋਂ ਵੀ ਮੈਂ ਕੰਮ ਛੇਤੀ ਕਰ ਲੂੰਗਾ ਹੋਸਪਿਟਲ ਦਾ ਉਹਦਾ ਬੜਾ ਵੱਡਾ ਸੁਪਨਾ ਸੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਉਸ ਹੋਸਪਿਟਲ ਤੋਂ ਉੱਥੋਂ ਪਹੁੰਚਿਆ ਵੀ ਗਿਆ ਜਿਹਦੀ ਉਹ ਕਾਮਨਾ ਕਰਦਾ ਸੀ ਕਿ ਸੁਪਰ ਸਪੈਸ਼ਲਿਟੀ ਹਸਪਤਾਲ ਬਣੇ ਇੱਥੇ ਹਰ ਇੱਕ ਮਜਲੂਮ ਦਾ ਬੜਾ ਸੌਖੇ ਤਰੀਕੇ ਨਾਲ ਇਲਾਜ ਹੋ ਜਾਏ ਪਰ ਉੱਥੇ ਉਹ ਖੁਦ ਨਹੀਂ ਪਹੁੰਚ ਸਕਿਆ
समा ज्यादा हो गया, गोलियां ज्यादा लग गई, पहुंचने तो पहले ही शरीर ते आ गया। हुण मेरी तुहाडे सारयां दे चरणां च कोई बेनती है, तुसी बुखलाहट च नहीं आना, आपां बड़ी वधिया तरीके दे नाल ही लड़ाई लड़ांगे और आपां हर एक जगह ते पहुंचांगे जिथे आपां नूं जाना चाहिए। ये मंच इन्हां विशेष लोगों के नहीं है, जिन्होंने कोई जस्टिस की गल नहीं करनी, कोई इंसाफ की गल नहीं करनी और गैंगस्टर वीरो सरकारी मेहमान बन के तुहाडे सामने सारे कानूनों का फायदा चुक रहे, जिहड़े साडे आम लोगों लई बने सी। इन्हां कानूनों ने रखिया साडी करनी सी, साडे धी पुत जिहड़े बिना रखिया तो बिना जैकटां पाए तो बिना कोई सुरक्षा प्रिकॉशन लाए तो वट्टां डौलां ते आपदे कारोबार कोई ट्रक लई फिरदा, कोई गड्डी लई फिरदा, आपदा परिवार पालन लई जुगाड़ करदे, सुरक्षा उन्हां लोकां नूं देनी सी। दित्ती किहनूं जा रही है? लॉरेंस नूं, जग्गू नूं, जिन्हां दे उत्ते 64 परचे ने जग्गू ते। लॉरेंस दे तां 100 ही होऊगा, 100 बंदा मारन वाले बंदे दे मुड़की अधिकार हो सकदे आ। बड़ी सोचने वाली गल है, साडा संविधान जदों लिखिया ओह मेरे घर ने कदे नहीं सोचा होना भी कदे इहदी वरतों इस तरीके नाल भी होऊगी। लॉरेंस लख रुपए के वोट पा के पेछी ते आउंदा, मेरा पुत 100 रुपए दी चप्पल पाई फिरदा सी जदों गोलियां ना भुनता। और इन्होंने लोगों ने जेबा चो पैसे खो के कटने, असं दसा नौ की कमाई करते 2 करोड़ रुपया सरकार का टैक्स भरते हैं। ਕਿਹੜਾ ਮਾਪਾ ਆਪਣੇ ਬੱਚੇ ਨੂੰ ਕਹੂਗਾ ਵੀ ਤੂੰ ਇੱਥੇ ਰਹਿ ਕੇ ਸਿੱਧੂ ਮਾਮੂ ਸੇਵਾ ਕਰ? ਹਰੇਕ ਕਹੂਗਾ ਬਚ ਬਗਜਾ ਭਾਈ ਦੇ 4 ਪੈਸੇ ਕਮਾਉਣਾ ਤੇ ਕਿਤੇ ਜਾ ਕੇ ਦਿਹਾੜੀ ਕਰਨੀ ਹੈ, ਉੱਥੇ ਹੀ ਕਰ ਜਾ ਕੇ ਜਿੱਥੇ ਮਾਪਿਆਂ ਦੇ ਕੋਲ ਸ਼ਾਮ ਨੂੰ ਆ ਜਾਣੀ। ਮੈਂ ਹਰ ਇੱਕ ਮੰਚ ਤੋਂ ਇੱਕੋ ਹੀ ਗੱਲ ਪੁੱਛਦਾ ਵੀ ਸਾਡਾ ਕਸੂਰ ਦੱਸ ਦਿਓ ਕੀ ਹੈ, ਸਾਡੀ ਸੁਰੱਖਿਆ ਦੇ ਵਿੱਚ ਕਟੌਤੀ ਕਿਉਂ ਕੀਤੀ? ਇਹ ਮੈਂ ਸਰਕਾਰ ਨੂੰ ਵੀ ਸਵਾਲ ਪੁੱਛਦਾ। जे कारी दिती सी तां अनाउंस करन दी भी लोड़ पैगी सी। सो ये गल्लां कई बारी हो गईआं, हुण आपां वारी वारी ओही राम कहानी पाई जाईए, ओह भी चंगी नहीं। पर तुसीं डटे रहो, दस कदे भी तुहानूं याद करे, सिर ते हथ रखियो। एक दो गल्लां होर जिहड़ियां तुहानूं अवेयर करन वालीआं मैं करदा। एक तो साडे कलाकार भाईचारे तो बचियो, हुण हर एक जी मैं सुनदा मेरी सिद्धू नाल आ गल होई सी, सिद्धू मैनू आ कहिंदा हुंदा सी, सिद्धू ने मैनू आ गाना तैयार कराया सी। ओ भरावो, एक सारियां गल्लां फेक ने, किसी भी गल दे उत्ते कोई विश्वास ना करो। कोई कहिंदा आ गाना तां मैनू दित्ता होया सी, मेरा तां सिद्धू नाल भाई वाला सी, फिर मेरा तां उस नाल कमिटमेंट होई सी। इन्हां गल्लां दे विच कोई दम नहीं है। मैं सिद्धू का जिते प्यो सी, मैं सिद्धू का भरा भी सी, मैं सिद्धू का दोस्त भी सी। ऐहे जी कोई भी उहदी परसनली निजी गल भी नहीं सी जिहड़ी मैनू सिद्धू ने कदे ना दसी होवे। सिद्धू कदे अपने बैड ते नहीं गया सी अद्धा घंटा मेरे नाल सुते पाए बिना। सो दिन की जिन्नी उहदे कोल डाक हुंदी कोई मोटी मोटी गल कहिणी, बापू आ 2 मिंटां च मेरे कन्न च गल कर जांदा सी सारी। सो ਤੁਸੀਂ ਪੈਸਿਆਂ ਦੇ ਭੁੱਖੇ ਹੋ, ਹੁਣ ਲੋਕਾਂ ਨੂੰ ਭੁਲੇਖੇ ਨਾ ਪਾਓ। ਸਿੱਧੂ ਨੂੰ ਪਿਆਰ ਕਰਨ ਵਾਲੇ ਸਾਰੇ ਜਾਣਦੇ ਆ ਸਿੱਧੂ ਕੀ ਸੀ। ਤੁਸੀਂ 4 ਛਿੱਲੜਾਂ ਦੀ ਖਾਤਰ ਹੁਣ ਰਿਸ਼ਤੇ ਨਾ ਵਧਾਓ। ਸਿੱਧੂ ਜਿੱਥੇ ਜਿਹੜੇ ਕਲਾਕਾਰ ਨਾਲ ਜਿਹੇ ਜਿਹਾ ਵਤੀਰਾ ਛੱਡ ਕੇ ਗਿਆ ਉੱਥੇ ਖੜੂੰਗਾ, ਨਾ ਉਹ ਤੋਂ ਇੰਚ ਅੱਗੇ ਹੋਵਾਂ ਨਾ ਉਹ ਤੋਂ ਪਿੱਛੇ ਹੋਵਾਂ। ਜੇ ਉਹ ਕਿਸੇ ਨਾਲ ਚੰਗਾ ਸੀ ਤਾਂ ਉਹਦੇ ਨਾਲ ਮੈਂ ਵੀ ਚੰਗਾ, ਜੇ ਉਹ ਕਿਸੇ ਨਾਲ ਮਾੜਾ ਸੀ ਤਾਂ ਉਹਦੇ ਨਾਲ ਮੈਂ ਵੀ ਮਾੜਾ। जिथे खड़ा गया, जिथे पोलिटिकल तौर खड़ा गया, जिथे जिथे वह छड़ गया उथे ही पहरा दूंगा। हम जगह जगह से ट्रस्ट बनी जाते वीरों, कई वीर नीचे कमेंट पढ़ना, भाई जी नंबर भेजो, खाता भेजो,
देखो तुसी दान करने थोड़ी अपनी माया जी मर्जी करो, मैं नहीं कहता। पर सिद्धू परिवार कह तो पैसा नहीं मंगता। मेरा पुत मैं बादशाह बना के गया, मैंने सब कुछ दुनिया की सुख सहूलत जमीन जायदाद महल मालियां कारा गड्डिया जो दुनिया की सहूलत मैं मेरा बच्चा दे के गया, तो मेरा किसी अगर हाथ फैलाने का मतलब ही नहीं है। मैं बहुत बहरों फोन आते हैं, तुम दसो असं की करिए। मैं उन्होंने कहना भी देखो मैं तो पैसा नहीं मंगता, पैसा मैं उस दिन मंगा जिधर मेरी गवर्नमेंट में कोई गल हो जाती है। जिस तरह सिद्धू हस्पताल की गल करता सरकार अपन कोई भी स्टाफ असं दे देंगे, डॉक्टर असं दे देंगे, तुम बेले खड़ी कर लो। फिर अपना भावे 50 करोड़ लगे, फिर अपना भावे 100 करोड़ लगे, फिर मैं थोड़े सारे अपने 16 मिलियन फॉलोअर है जो आप एक एक रुपया पावे तो भी 16 मिलियन कट्ठे कर लें, ठीक है। पर आप इस पावर का मिसयूज नहीं हो देना। मेरा तो वादा है मैं इस गल के उत्ते खरा 100% ईमानदारी पेश आऊंगा। कदे भी आप हराम होगा जी इस पैसे के एक रुपया भी कदे किसी निजी पर्पज जी मैं घर चो सिद्धू की कमाई चो पैसे पाऊंगा ना कि वो कटूंगा। मेरा आपना और मेरे जाने वाले बच्चे की आत्मा ये गल मैं कहती है कि मैं इस तरह करा। पर आप कहानी कोई करनी हाले अपना सारा काम ही खिदरिया पे हाले सिद्धू ने अपनी कंपनियां वो अपना कारोबार जोड़ा मैं विश्व भर से फैलिया हुआ वह सारा समेटना है। साल तो सहज ही लग जाए, साल तो आप अफसोस चो नहीं निकल जाओ। सो कोई काम करांगे आप तसली नाल करांगे, आल ट्रस्ट आलियां तो बचो। मेरी फैमिली का मेरे परिवार का किसी ट्रस्ट नाल कोई लिंक नहीं, एवें गुनाह ना हो। बहुत कुछ हो जाता है वो गाने भी छेड़छाड़ हो जाए, लोग वो गाने चकते आपके चैनलों से पा लेंगे, घट्टो घट सैकड़े यह जे भर मूव कर चुके हैं यूट्यूब के उत्तों। चलो माड़े बंदे ने भाई माड़ा ही करना, पहला भी माड़िया ने माड़ा ही किया वो हूँ भी करते रहेंगे। चलो जिनी जो कि आप जंग लड़ते रहेंगे, घबरा नहीं, बड़ी शांति आपने जमें केंद्र मार्च कटिया अपनी उम्मीद तो भी ज़्यादा आपको पब्लिक का समर्थन मिले। चलो जे बिचों कुछ भाई नहीं भी आए वाह भली। इंडस्ट्री का सिद्धू भी सिंगली चलता सी, एक इंडस्ट्री सारी एक पास से सिंह अपना कला एक पास दबिया नहीं डरिया नहीं, जिन्ना चर कत्ती कत्ती तौर अगे अकाल पुरख की मर्जी जिन्हें साह देने वाली मर्जी तो आप भी उस राह अपन दिते हुए ने उस चलेंगे, वो सोच तो टस तो मस नहीं होवेंगे बिल्कुल भी। थोड़े ने मेरा वादा रहा इस गल का, पर अफवाह तो तुम बचना सारे इन्हें एक बेनती करता कोई शब्द वो घट कह गया हो तो माफ़ी चाहूँगा। संगत माफ करने योग है। वाहगुरू जी का खालसा वाहगुरू। बाबा यामीन बंगाली गोल्ड मेडलिस्ट तुहाडे शहर च पहली बार अद्भुत शक्ति चमत्कार वेखो। देश विदेश च बैठे सानू व्हाट्सएप ते भी कॉल कर सकदे ने। घर बैठे 11 मिंटां च 101% गारंटी नाल समाधान। वशीकरण ते मुठकरनी दे माहिर, सब तो पहला काम करन दा वादा। नौकरी प्रमोशन कारोबार च परेशानी, घर च झगड़ा, बरकत औलाद कहने तो बाहर होना, कोर्ट केस, तलाक, प्रॉपर्टी डिस्प्यूट, गुप्त रोग, पुराना दर्द, पति पत्नी चनबन, जादू टोना, मनमोहनी वशीकरण करवाना जा तुड़वाना, सौतन दुश्मन तो छुटकारा सदा लई, रुस्से नू मनाउणा प्यार मोहब्बत। बाबा यामीन बंगाली 9645300321।